ਸਤਿ ਸ਼੍ਰੀ ਅਕਾਲ ਜੀ, ਨਾਂ ਦੱਸੋ ਆਪਣਾ। ਹਾਂਜੀ, ਮੇਰਾ ਨਾਮ ਨਰਿੰਦਰ ਹੈ ਜੀ। ਕੀ ਜਾਣਨਾ ਚਾਹੁੰਦੇ ਹੋ? ਮੇਰੇ ਨਾ, ਮੈਂ ਕੈਨੇਡਾ ਦਾ ਅਪਲਾਈ ਕਰਨਾ ਸੀ ਜੀ, ਕਿ ਮੇਰੇ ਪੀਟੀ ਚੋਂ 58 ਸਕੋਰ ਹੈ ਜੀ। ਕਿੰਨਾ ਪੜ੍ਹੇ ਹੋਏ ਤੁਸੀਂ? ਮੇਰੀ 12th ਕੀਤੀ ਹੈ 2015 ਦੀ, 72%। ਫਿਰ ਕੀ ਕੀਤਾ ਉਸ ਤੋਂ ਬਾਅਦ ਤੁਸੀਂ? ਉਸ ਤੋਂ ਬਾਅਦ ਮੈਂ ਜੋਬ ਕਰਦਾ ਜੀ। ਦੇਖ ਲਓ, ਗੈਪ ਦੇ ਸਾਰੇ ਪਰੂਫ ਲਾ ਕੇ ਅਪਲਾਈ ਕਰ ਦਿਓ, ਆ ਸਕਦਾ ਵੀਜ਼ਾ ਤੁਹਾਡਾ। ਬੈਂਡ ਠੀਕ ਨੇ ਤੁਹਾਡੇ? ਠੀਕ ਹੈ। ਅਤੇ ਮਤਲਬ ਮੇਰੇ ਪਲੱਸ ਟੂ 'ਚ ਮੈਥ ਨਹੀਂ ਹੈ ਐਕਚੁਅਲੀ। ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਵਿਜ਼ਿਟ ਕਰ ਲਓ ਦਫ਼ਤਰ, ਤੁਹਾਡਾ ਕੋਰਸ ਦੇਖ ਲੈਂਦੇ ਹਾਂ। ਜੋ ਤੁਸੀਂ ਕੰਮ ਕਰਦੇ ਹੋ ਉਹਦੇ ਨਾਲ ਰਿਲੇਟਡ ਕੋਰਸ ਲੈ ਦਾਂਗੇ ਤੁਹਾਨੂੰ। ਠੀਕ, IT ਕੰਪਨੀ 'ਚ ਮੈਂ ਜੋਬ ਕਰ ਰਿਹਾ ਜੀ। ਹਾਂਜੀ, ਕੋਈ ਗੱਲ ਨਹੀਂ, ਤੁਸੀਂ ਵਿਜ਼ਿਟ ਕਰ ਲਓ ਇੱਕ ਵਾਰੀ, ਤੁਹਾਨੂੰ ਸਾਰੀ ਡਿਟੇਲ ਮਿਲ ਜਾਏਗੀ। ਓਕੇ, ਥੈਂਕ ਯੂ ਸਰ। ਥੈਂਕ ਯੂ ਜੀ।